ਅਤੇ ਰਾਜਨੀਤਿਕ ਲੋਕਾਂ ਨੇ ਧਰਮ ਨੂੰ ਆਪਣੇ ਚੁੰਗਲ 'ਚ ਫਸਾਉਣ ਦੇ ਲਈ ਲੋਕਾਂ ਨੂੰ ਧਾਰਮਿਕ ਤੌਰ 'ਤੇ ਵੰਡ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਵੰਡੀ ਨੂੰ ਖਤਮ ਕੀਤਾ। ਉਹਨਾਂ ਦੇ ਦੋਸਤ ਮੁਸਲਮਾਨ ਵੀ ਸੀਗੇ ਅਤੇ ਉਹਨਾਂ ਦੇ ਦੋਸਤ ਹਿੰਦੂ ਵੀ ਸੀਗੇ। ਜਾਤਾਂ ਪਾਤਾਂ ਦੀਆਂ ਵੰਡੀਆਂ ਕਿਉਂ ਕਵਾਈਆਂ ਕਿਸੇ? ਅੱਜ ਕਿਹਾ ਜਾਂਦਾ ਕਿ ਵਰਦ ਵੰਡ ਇਸ ਲਈ ਹੋਈ ਸੀ ਕਿਉਂਕਿ ਕਿੱਤਾ ਮੁਖੀ ਸੀ ਵੀ ਜੇ ਦਰਜੀ ਦਾ ਮੁੰਡਾ ਦਰਜੀ ਬਣੇਗਾ ਤਾਂ ਵਧੀਆ ਦਰਜੀ ਬਣੇਗਾ, ਦਰਜੀ ਦਾ ਮੁੰਡਾ ਦਰਜੀ ਬਣੇ, ਘੁਮਾਰ ਦਾ ਘੁਮਾਰ ਬਣੇ, ਸੁਨਿਆਰ ਦਾ ਸੁਨਿਆਰ ਬਣੇ, ਠਠਿਆਰ ਦਾ ਠਠਿਆਰ ਬਣੇ, ਬਿਲਕੁਲ ਠੀਕ ਹੈ। ਪਰ ਇਹ ਕਿੱਥੇ ਲਿਖਿਆ ਸੀ ਕਿ ਤੁਸੀਂ ਜੁੱਤੀਆਂ ਗੰਢਣ ਵਾਲੇ ਨੂੰ ਮੰਦਰ ਜਾਣ ਦੀ ਆਗਿਆ ਨਾ ਦਿਓ? ਤੂੰ ਧਰਮ ਸਥਾਨ 'ਚ ਨਹੀਂ ਆ ਸਕਦਾ, ਜਾਂ ਜੇ ਤੂੰ ਰਾਮ ਰਾਮ ਜਪੇਗਾ ਤੇਰੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏਗਾ। 1947 ਤੋਂ ਮਗਰੋਂ ਵੰਡ ਦਾ ਹੀ ਸ਼ਿਕਾਰ ਨਹੀਂ ਹੋਏ, ਅਸੀਂ ਉਸ ਫਿਰਕੂ ਨਫ਼ਰਤ ਦਾ ਵੀ ਸ਼ਿਕਾਰ ਹੋਏ। ਹੋ ਸਕਦਾ ਕਿ ਸਾਡਾ ਦੁਸ਼ਮਣ ਮੁਸਲਮਾਨ ਹੋਵੇ, ਪਰ ਸਾਡਾ ਸਾਰੇ ਮੁਸਲਮਾਨਾਂ ਨਾਲ ਵੈਰ ਤਾਂ ਨਹੀਂ। ਸਾਡੀਆਂ ਲੜਾਈਆਂ ਹੋਈਆਂ ਮੁਗਲਾਂ ਦੇ ਨਾਲ, ਅਸੀਂ ਇੱਕ ਡਾਹ ਕੇ ਲੜੇ, ਪਰ ਪੀਰ ਬੁੱਧੂ ਸ਼ਾਹ ਵੀ ਤਾਂ ਮੁਸਲਮਾਨ ਨੇ, ਗਨੀ ਖਾਂ ਨਬੀ ਖਾਂ ਕੌਣ ਨੇ, ਉਹ ਵੀ ਤਾਂ ਮੁਸਲਮਾਨ ਨੇ। ਅੱਜ ਵੀ ਜਿਵੇਂ ਹਿੰਦ ਹਕੂਮਤ ਚਾਹੁੰਦੀ ਹੈ ਕਿ ਸਿਰਫ ਸਾਡੇ ਜਿਹੜੇ ਧਰਮ ਨੂੰ ਅਸੀਂ ਮੰਨਦੇ ਹਾਂ ਉਹੀ ਧਰਮ ਇਸੇ ਦੇਵੇ, ਬਾਕੀ ਸਾਰੇ ਖਤਮ ਹੋ ਜਾਣ। ਉਹ ਹੁਕਮਰਾਨ ਦਾ ਧਰਮ ਚਾਹੇ ਹਿੰਦੂ ਹੈ, ਪਰ ਜਿਹੜਾ ਆਮ ਪਿੰਡਾਂ ਵਿੱਚ ਸ਼ਹਿਰਾਂ 'ਚ ਰਹਿਣ ਵਾਲਾ ਹਿੰਦੂ ਹੈ ਉਹਦੇ ਮਨ ਦੀ ਇੱਦਾਂ ਦੀ ਭਾਵਨਾ ਨਹੀਂ ਹੈ। ਆਮ ਕਰਕੇ ਨਾਸਤਿਕ ਲੋਕ ਕਹਿ ਦਿੰਦੇ ਜੀ ਧਰਮ ਦੇ ਨਾਂ 'ਤੇ ਜੰਗ ਹੋ ਗਈ, ਧਰਮ ਦੀਆਂ ਵੰਡੀਆਂ ਤੋਂ ਉੱਤੇ ਉੱਠੋ। ਧਰਮੀ ਤਾਂ ਜੋੜ ਕੇ ਬੈਠਾ ਹੈ, ਤੋੜਿਆ ਰਾਜਨੀਤੀ ਨੇ। ਪਰ ਇਹ ਦਿੱਕਤ ਹੈ, ਕੋਈ ਮਰਦ ਇਹ ਗੱਲ ਕਹਿੰਦਾ ਨਹੀਂ ਹੈ ਕਿ ਭਾਈ ਰਾਜਨੀਤੀ ਨੇ ਸਾਨੂੰ ਧਰਮ ਦੇ ਨਾਂ 'ਤੇ ਵੰਡਿਆ। ਬਹਾਦਰ ਸ਼ਾਹ ਨੇ ਪੁੱਛਿਆ ਸਤਿਗੁਰ ਜੀ ਨੂੰ ਵੀ ਤੁਹਾਡਾ ਧਰਮ ਵਧੀਆ ਕਿ ਸਾਡਾ ਵਧੀਆ? ਸਤਿਗੁਰ ਨੇ ਕਿਹਾ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਅਤੇ ਜਦੋਂ ਮੱਕੇ ਦੇ ਵਿੱਚ ਕਾਬੇ ਦੀ ਬਿਲਡਿੰਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਵੱਡਾ ਹਿੰਦੂ ਕਿ ਮੁਸਲਮਨੋਈ, ਤਾਂ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜ਼ੋਰ ਵੀ ਜਿਹੜੇ ਜਿਹੜੇ ਧਰਮ ਸਥਾਨਾਂ 'ਤੇ ਗਏ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਰਸਮਾਂ ਦੇ ਵਿੱਚ ਆਪਣੇ ਆਪ ਨੂੰ ਖਚਿਤ ਨਹੀਂ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਜਗਨਨਾਥ ਦਾ ਮਤਲਬ ਹੈ ਜੱਗ ਦਾ ਨਾਥ, ਉਹ ਬਹੁਤ ਵੱਡਾ, ਉਹਦੀ ਆਰਤੀ ਇੰਨੀ ਛੋਟੀ ਜੀ ਨਹੀਂ ਹੋ ਸਕਦੀ। ਮੈਂ ਤੁਹਾਨੂੰ ਦੱਸਦਾ ਜਗਨਨਾਥ ਦੀ ਆਰਤੀ ਕਿੱਡੀ ਵੱਡੀ ਹੋਈ, ਵਿਰੋਧ ਨਹੀਂ ਹੈ, ਆਰਤੀ ਦੀ ਥਾਂ 'ਤੇ ਆਰਤੀ ਦਿੱਤੀ ਜਾ ਰਹੀ, ਜਨੇਊ ਹੈ। ਸਤਿਗੁਰੂ ਜੀ ਕਹਿੰਦੇ ਤਨ ਤੱਕ ਪੈ ਸਕਦੇ, ਇਹਦਾ ਮਨ ਨਾਲ ਕੋਈ ਸੰਬੰਧ ਨਹੀਂ। ਤੇਰੀ ਜ਼ਿੰਦਗੀ ਦੇ ਸਾਰੇ ਫੈਸਲੇ ਤੇਰੇ ਮਨ ਨੇ ਕਰਨੇ, ਤੇਰੀ ਸੁਰਤ ਨੇ ਕਰਨੇ ਆ, ਅਤੇ ਕਿਉਂ ਨਾ ਤੈਨੂੰ ਮੈਂ ਸੁਰਤ ਦਾ ਜਨੇਊ ਦੇ ਦਾਂ, ਗੁਣਾਂ ਵਾਲਾ ਜਨੇਊ ਦੇ ਦਾਂ। ਜਦੋਂ ਵੀ ਦਿੱਲੀਓਂ ਕੋਈ ਆਉਂਦਾ ਵੱਡਾ ਨੇਤਾ, ਉਹਦੇ ਸਿਰ 'ਤੇ ਪੱਗ ਰੱਖ ਕੇ ਸ੍ਰੀ ਸਾਹਿਬ ਭੇਟ ਕੀਤੀ ਜਾਂਦੀ। ਪਹਿਲਾਂ ਭਾਈ ਦੇਖੋ ਸਹੀ ਵੀ ਇਹ ਤੁਹਾਡੇ ਧਰਮ 'ਚ ਹੈ ਵੀ ਹੈ ਕਿ ਨਹੀਂ, ਕੀ ਤੁਸੀਂ ਉਹਨੂੰ ਖੁਸ਼ ਕਰਨ ਦੇ ਲਈ ਤਾਂ ਇੱਦਾਂ ਨਹੀਂ ਕਰ ਰਹੇ। ਖਾਸ ਕਰਕੇ ਮੈਂ ਅਕਾਲੀ ਸਿਆਸਤ ਨੇ ਇਹਦੇ ਵਿੱਚ ਬਹੁਤ ਗੰਧਲਾਪਣ ਲਿਆਂਦਾ। ਇੱਕ ਪਾਸੇ ਗੱਲ ਹੁੰਦੀ ਹੈ ਕਿ ਸਾਰੇ ਧਰਮ ਵੱਖਰੇ ਵੱਖਰੇ ਨੇ, ਸਾਰਿਆਂ ਤਿਉਹਾਰ ਆਪਣੇ ਆਪਣੇ ਵੱਖਰੇ ਨੇ, ਹਰ ਇੱਕ ਦੇ ਰੀਤੀ ਰਿਵਾਜ਼ ਵੱਖਰੇ ਵੱਖਰੇ ਨੇ, ਪਰ ਉੱਥੇ ਹੀ ਦੂਜੇ ਪਾਸੇ ਤੁਸੀਂ ਇੱਕ ਸੁਨੇਹਾ ਇਹੋ ਜਿਹਾ ਦਿੱਤਾ ਕਿ ਇਕੱਠਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਉਹ ਇੱਕ ਤਿਉਹਾਰ ਮਨਾਇਆ, ਇੱਕ ਉਹਨਾਂ ਦੇ ਨਾਲ ਭਾਈਚਾਰੇ ਦੇ ਨਾਲ ਸਾਂਝ ਕਾਇਮ ਕੀਤੀ। ਇੱਕ ਇਹ ਜਾਣਨਾ ਚਾਹਾਂਗਾ ਕਿ ਇਹ ਸਿੱਖ ਫਲਸਫਾ ਹੈ ਜਾਂ ਇਹ ਤੁਹਾਡੀ ਨਿੱਜੀ ਆਪਣੀ ਕੋਈ ਸੋਚ ਹੈ? ਅਮਰਜੋਤ ਸਿੰਘ, ਮੈਨੂੰ ਇੰਝ ਲੱਗਦਾ ਵੀ ਜਦੋਂ ਵੀ ਕਿਤੇ ਸਾਨੂੰ ਸੇਧ ਲੈਣੀ ਚਾਹੀਦੀ ਹੈ ਇੱਕ ਧਾਰਮਿਕ ਨੁਮਾਇੰਦਾ ਹੋਣ ਦੇ ਨਾਤੇ, ਤਾਂ ਸਾਨੂੰ ਸਾਡੇ ਇਤਿਹਾਸ ਵਿੱਚੋਂ ਅਤੇ ਸਾਡੇ ਫਲਸਫੇ ਦੇ ਵਿੱਚੋਂ ਸੇਧ ਲੈਣੀ ਚਾਹੀਦੀ ਹੈ। ਮੈਂ ਆਪਣੇ ਕੋਲੋਂ ਗੱਲ ਕਵਾਂ, ਇਦੋਂ ਬੈਟਰ ਹੈ ਕਿ ਇਤਿਹਾਸ 'ਚ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਦੋਸਤੀ ਭਾਈ ਮਰਦਾਨਾ ਜੀ ਦੇ ਨਾਲ ਜੀ, ਬਹੁਤ ਸਾਰੇ ਸੂਫੀ ਫਕੀਰ ਹੋਏ ਉਸ ਵੇਲੇ ਦੇ ਜਿਨ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਜ਼ੂਰ ਦੀ ਦੋਸਤੀ ਰਹੀ। ਤੁਸੀਂ ਦੇਖੋ ਜਹਾਂਗੀਰ ਦਾ ਧਰਮ ਇਸਲਾਮ ਹੈ ਜੀ, ਅਤੇ ਸਾਈਂ ਮੀਆਂ ਮੀਰ ਜੀ ਦਾ ਧਰਮ ਕੀ ਹੈ? ਇਸਲਾਮ। ਉਹਨਾਂ ਦੀ ਦੋਸਤੀ ਹੈ, ਉੱਥੇ ਵਿਰੋਧਾਭਾਸ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਜਿਹੜਾ ਫਲਸਫਾ ਸਾਨੂੰ ਗੁਰਬਾਣੀ ਦੇ ਰੂਪ 'ਚ ਦਿੱਤਾ, ਸਿਧਾਂਤ ਦੇ ਰੂਪ 'ਚ ਦਿੱਤਾ, ਉੱਥੇ ਧਰਮ ਤਾਂ ਛੱਡੋ, ਨੇਸ਼ਨ ਸਟੇਟ ਦੀ ਵੀ ਕੋਈ ਵੰਡੀ ਨਹੀਂ ਹੈਗੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਉਦਾਸੀਆਂ ਕੀਤੀਆਂ ਤਾਂ
ਜਿੱਥੋਂ ਜਿੱਥੋਂ ਤੱਕ ਪਹੁੰਚੇ ਉਹਨਾਂ ਨੇ ਕੋਈ ਨਹੀਂ ਵੇਖਿਆ ਵੀ ਇਹ ਕਿਹੜਾ ਮੁਲਕ ਹੈ। ਜਿੱਥੇ ਜਿੱਥੇ ਉਹ ਜਾ ਸਕਦੇ ਸੀ ਉਸ ਵੇਲੇ ਜੋ ਅਪਰੋਚ ਬਣੀ, ਸਤਿਗੁਰ ਸੱਚੇ ਪਾਤਸ਼ਾਹ ਨੇ ਚਾਰਾਂ ਕੋਨਿਆਂ 'ਚ ਜਾ ਕੇ ਧਰਤੀ ਦੇ ਸੱਚ ਦਾ ਪਾਠ ਪੜ੍ਹਾਇਆ। ਇਹਦਾ ਮਤਲਬ ਨਾ ਤਾਂ ਨੇਸ਼ਨ ਸਟੇਟ ਦੀ ਵੰਡੀ ਹੈ ਕੋਈ, ਨਾ ਧਰਮ ਦੀ ਵੰਡੀ ਹੈ। ਮੁਸਲਮਾਨਾਂ ਦੇ ਧਰਮ ਅਸਥਾਨਾਂ 'ਤੇ ਵੀ ਗਏ, ਹਿੰਦੂਆਂ ਦੇ ਧਰਮ ਅਸਥਾਨਾਂ 'ਤੇ, ਬੌਧ ਜੈਨ ਧਰਮ ਅਸਥਾਨਾਂ 'ਤੇ ਵੀ ਗਏ। ਸੋ ਜਿੱਥੇ ਜਿੱਥੇ ਉਹਨਾਂ ਨੂੰ ਲੱਗਾ ਕਿ ਸਿੱਖੀ ਦਾ ਪਾਠ ਪੜ੍ਹਾਉਣਾ ਜ਼ਰੂਰੀ ਹੈ, ਮਨੁੱਖਤਾ ਦੀ ਬਾਤ ਪਾਉਣੀ ਜ਼ਰੂਰੀ ਹੈ, ਇਹ ਸਿੱਖੀ ਦਾ ਜਿਹੜਾ ਨਿਰਮਲ ਪੰਥ ਹੈ ਇਹਦੀ ਗੱਲ ਕਰਨੀ ਜ਼ਰੂਰੀ ਹੈ, ਤਾਂ ਸੱਚੇ ਪਾਤਸ਼ਾਹ ਹਜ਼ੂਰ ਨੇ ਉੱਥੇ ਜਾ ਕੇ ਕੀਤੀ। ਔਰ ਇਹਦੇ ਨਾਤੇ ਉਹਨਾਂ ਦੀ ਦੋਸਤੀ ਜਿਹੜੀ ਹੈ ਉਹ ਵੱਖ ਵੱਖ ਧਰਮ ਦੇ ਆਗੂਆਂ ਦੇ ਨਾਲ ਗੋਸ਼ਟੀ ਹੋਈ, ਉਹਨਾਂ ਦੇ ਨਾਲ ਦੋਸਤੀ ਬਣੀ। ਛੋਟੀ ਜਿਹੀ ਇਗਜ਼ਾਮਪਲ ਦੇਵਾਂ ਜੀ, ਗੋਰਖ ਮਤਾ ਜੋਗੀਆਂ ਦਾ ਹੈੱਡ ਆਫਿਸ ਹੈ। ਗੋਰਖ ਮਤਾ ਭਾਵ ਗੁਰੂ ਗੋਰਖ ਦਾ ਜਿਹੜਾ ਅਸਥਾਨ। ਹੁਣ ਗੁਰੂ ਨਾਨਕ ਸਾਹਿਬ ਦੇ ਅਨੁਯਾਈਆਂ ਨੇ ਤਾਂ ਗੋਰਖ ਮਤੇ ਦਾ ਨਾਂ ਨਾਨਕ ਮਤਾ ਨਹੀਂ ਕੀਤਾ ਹੋਏਗਾ। ਇਹਦਾ ਮਤਲਬ ਗੋਰਖ ਮਤੇ ਦਾ ਨਾਂ ਹੀ ਜੇ ਬਦਲਿਆ ਗਿਆ ਅਤੇ ਨਾਨਕ ਮਤਾ ਰੱਖਤਾ, ਅਤੇ ਉੱਥੋਂ ਦੇ ਜਿਹੜੇ ਉਸ ਵੇਲੇ ਦੇ ਜੋਗੀ ਨੇ ਉਹਨਾਂ ਨੇ ਕਿਹਾ ਵੀ ਗੋਰਖ ਦੇ ਨਾਲ ਨਾਲ ਸਾਨੂੰ ਗੱਲ ਸਮਝ ਲੱਗੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ, ਹੁਣ ਅਸੀਂ ਇਹਦਾ ਗੋਰਖ ਮਤੇ ਤੋਂ ਨਾਂ ਰੱਖ ਲੈਂਦੇ ਹਾਂ ਨਾਨਕ ਮਤਾ। ਸੋ ਗੁਰੂ ਸਾਹਿਬ ਦਾ ਜਿਹੜਾ ਤਰੀਕਾ ਉਹ ਹੈ ਸੰਵਾਦ, ਗੋਸ਼ਟੀ, ਖਾਸ ਕਰਕੇ ਦੂਜੇ ਧਰਮਾਂ ਦੇ ਲੋਕਾਂ ਦੇ ਨਾਲ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਲੰਬੇ ਸਮੇਂ ਤੋਂ ਜਦੋਂ ਅਸੀਂ ਆਪਸੀ ਉਲਝਣਾਂ 'ਚ ਉਲਝੇ ਜਾਂ ਅਸੀਂ ਰਾਜਨੀਤੀ ਦਾ ਸ਼ਿਕਾਰ ਹੋਏ, ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹੁੰਦਾ 1947 ਤੋਂ ਬਾਅਦ, ਇਹ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅੰਗਰੇਜ਼ ਆਏ ਡਿਵਾਈਡ ਐਂਡ ਰੂਲ ਦੀ ਨੀਤੀ ਸੀ, ਬਹੁਤ ਸਾਰਾ ਪਾੜਾ ਪਿਆ। ਵੈਸੇ ਤਾਂ ਹਰ ਹੁਕਮਰਾਨ ਚਾਹੁੰਦਾ ਕਿ ਜੇ ਮੈਂ ਦੁਨੀਆ 'ਤੇ ਰਾਜ ਕਰਨਾ ਹੈ ਤਾਂ ਜਿੰਨੇ ਵੱਧ ਤੋਂ ਵੱਧ ਲੋਕ ਖਿੰਡੇ ਰਹਿਣਗੇ, ਵੰਡੀਆਂ 'ਚ ਰਹਿਣਗੇ। ਜਾਤਾਂ ਪਾਤਾਂ ਦੀਆਂ ਵੰਡੀਆਂ ਕਿਉਂ ਕਮਾਈਆਂ ਕਿਸੇ ਨੇ? ਜੀ ਜੀ, ਅੱਜ ਕਿਹਾ ਜਾਂਦਾ ਕਿ ਵਰਦਮੰਡ ਇਸ ਲਈ ਹੋਈ ਸੀ ਕਿਉਂਕਿ ਕਿੱਤਾ ਮੁਖੀ ਸੀਗੀ, ਵੀ ਜੇ ਦਰਜੀ ਦਾ ਮੁੰਡਾ ਦਰਜੀ ਬਣੇਗਾ ਤਾਂ ਵਧੀਆ ਦਰਜੀ ਬਣੇਗਾ, ਜੇ ਘੁਮਾਰ ਦਾ ਮੁੰਡਾ ਘੁਮਾਰ ਬਣੇਗਾ ਤਾਂ ਵਧੀਆ ਘੁਮਾਰ ਬਣੇਗਾ। ਮੈਂ ਕਹਿੰਦਾ ਬਿਲਕੁਲ ਠੀਕ ਹੈ, ਦਰਜੀ ਦਾ ਮੁੰਡਾ ਦਰਜੀ ਬਣੇ, ਘੁਮਾਰ ਦਾ ਘੁਮਾਰ ਬਣੇ, ਸੁਨਿਆਰ ਦਾ ਸੁਨਿਆਰ ਬਣੇ, ਠਠਿਆਰ ਦਾ ਠਠਿਆਰ ਬਣੇ, ਬਿਲਕੁਲ ਠੀਕ ਹੈ, ਕਿੱਤਾ ਮੁਖੀ ਹੋਏਗਾ। ਪਰ ਇਹ ਕਿੱਥੇ ਲਿਖਿਆ ਸੀ ਕਿ ਤੁਸੀਂ ਜੁੱਤੀਆਂ ਗੰਢਣ ਵਾਲੇ ਨੂੰ ਮੰਦਰ ਜਾਣ ਦੀ ਆਗਿਆ ਨਾ ਦਿਓ? ਇਹਦਾ ਮਤਲਬ ਕਿਤੇ ਵਿਰੋਧਾਭਾਸ ਹੈ ਤੁਹਾਡੇ ਅੰਦਰ ਜੀ। ਇਹ ਥੋੜ੍ਹੀ ਹੈ ਵੀ ਜੁੱਤੀਆਂ ਗੰਢਣ ਵਾਲੀ ਉੱਥੇ ਚੰਮ ਦੀ ਬੋ ਆਉਂਦੀ ਹੈ ਅਤੇ ਇਸ ਕਰਕੇ ਅਸੀਂ ਉਹਨੂੰ ਕਹੀਏ ਤੈਨੂੰ ਮੰਦਰ ਜਾਣ ਦੀ ਆਗਿਆ ਨਹੀਂ ਹੈਗੀ, ਤੂੰ ਧਰਮ ਸਥਾਨ 'ਚ ਨਹੀਂ ਆ ਸਕਦਾ, ਜਾਂ ਜੇ ਤੂੰ ਰਾਮ ਰਾਮ ਜਪੇਗਾ ਜਾਂ ਤੇਰੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏਗਾ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਨੇ ਧਰਮ ਨੂੰ ਆਪਣੇ ਚੁੰਗਲ 'ਚ ਫਸਾਉਣ ਦੇ ਲਈ ਲੋਕਾਂ ਨੂੰ ਧਾਰਮਿਕ ਤੌਰ 'ਤੇ ਵੰਡ ਦਿੱਤਾ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਵੰਡੀ ਨੂੰ ਖਤਮ ਕੀਤਾ। ਉਹਨਾਂ ਦੇ ਦੋਸਤ ਮੁਸਲਮਾਨ ਵੀ ਸੀਗੇ ਅਤੇ ਉਹਨਾਂ ਦੇ ਦੋਸਤ ਹਿੰਦੂ ਵੀ ਸੀਗੇ, ਵੱਖ ਵੱਖ ਧਰਮਾਂ ਦੇ ਲੋਕ ਵੀ ਉਹਨਾਂ ਦੇ ਪਿਆਰ ਕਰਨ ਵਾਲੇ ਸੀਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਹ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ, ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦੀ ਸਾਡੀ ਵਿਚਾਰਧਾਰਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਬੋਧੀ ਵਿਚਾਰਧਾਰਾ। ਹੁਣ ਹੋਇਆ ਕੀ ਕਿ ਜਦੋਂ ਅਸੀਂ ਵੀ 1947 ਤੋਂ ਮਗਰੋਂ ਵੰਡ ਦਾ ਹੀ ਸ਼ਿਕਾਰ ਨਹੀਂ ਹੋਏ, ਅਸੀਂ ਉਸ ਫਿਰਕੂ ਨਫ਼ਰਤ ਦਾ ਵੀ ਸ਼ਿਕਾਰ ਹੋਏ। ਬਿਲਕੁਲ, ਇੱਕ ਵਾਰੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਇੱਕ ਗੱਲ ਕਹੀ, ਸ਼ਾਇਦ ਲੋਕਾਂ ਦੇ ਬਾਹਲੀ ਸਮਝ ਨਹੀਂ ਆਉਂਦੀ ਗੱਲ, ਕਈ ਵਾਰੀ ਕਿਸੇ ਵਿਦਵਾਨ ਦੀ ਗੱਲ ਜ਼ਰੂਰੀ ਨਹੀਂ ਹੈ ਸੋਸ਼ਲ ਮੀਡੀਆ 'ਤੇ ਸਾਰਿਆਂ ਦੇ ਸਮਝ ਆ ਜਾਵੇ। ਹਾਂਜੀ ਹਾਂਜੀ, ਉਹਨਾਂ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਵੀ ਜੇ ਕਿਤੇ ਗੁਰੂ ਨਾਨਕ ਸਾਹਿਬ ਦੇ ਪਿਆਨਾ ਕਰਨ ਤੋਂ ਮਗਰੋਂ ਉਹ ਚਾਦਰ ਡੋਰ ਟੋਟੇ ਨਾ ਕੀਤੀ ਹੁੰਦੀ ਅਤੇ 1947 'ਚ ਪੰਜਾਬ ਦੋ ਟੋਟੇ ਨਹੀਂ ਸੀ ਹੋਣਾ। ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਟਰੋਲ ਹੋਈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵਰ ਸ਼ਰਾਫਾਂ ਦੇ ਚੱਕਰ 'ਚ ਪੈ ਗਏ। ਵਰ ਸ਼ਰਾਫਾਂ ਦੀ ਗੱਲ ਨਹੀਂ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਜਿਹੜਾ ਸੰਗਤ ਪੰਗਤ ਅਤੇ ਲੰਗਰ 'ਚੋਂ ਨਿਕਲ ਰਿਹਾ, ਸਾਂਝੀਵਾਲਤਾ ਦਾ, ਬਰਾਬਰਤਾ ਦਾ, ਊਚ ਨੀਚ ਹਰ ਤਰ੍ਹਾਂ ਦਾ ਭੇਦਭਾਵ ਮਿਟਾਉਣ ਦਾ ਜਿਹੜਾ ਸੰਦੇਸ਼ ਕਰਤਾਰਪੁਰ ਸਾਹਿਬ ਤੋਂ ਆਇਆ, ਅਤੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਮਗਰੋਂ
ਚਾਦਰ ਦੋ ਟੋਟੇ ਕਰ ਦੇਣ ਬੰਦੇ, ਇਹਦਾ ਮਤਲਬ ਹੈ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਨਹੀਂ ਜੁੜ ਸਕੇ। ਉਹ ਅਜੇ ਵੀ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਆ ਕਿ ਅਸੀਂ ਮੁਸਲਮਾਨ, ਇਹ ਪੀਰ ਮੁਸਲਮਾਨਾਂ ਦੇ ਸੀ, ਸਾਡੀ ਚਾਦਰ ਦਾ ਹਿੱਸਾ ਦਿਓ। ਇਹ ਸਮਝਣ ਵਾਲੀ ਗੱਲ ਜੀ ਜੀ ਜੀ। ਚਾਦਰ ਦੋ ਟੋਟੇ ਹੋਣ ਦਾ ਮਤਲਬ ਹੈ ਕਿ ਅਜੇ ਤੁਹਾਡੇ ਅੰਦਰ ਫਿਰਕੂ ਨਫ਼ਰਤ ਹੈਗੀ ਹੈ, ਉਹ ਧਰਮਾਂ ਦੀ ਵੰਡੀ ਹੈਗੀ ਹੈ ਜਿਹੜੀ 1947 ਵਿੱਚ ਇੰਨੀ ਵੱਧ ਜਾਂਦੀ ਹੈ, ਇੰਨੀ ਫੈਲ ਜਾਂਦੀ ਹੈ ਕਿ ਜਦੋਂ ਦੇਸ਼ ਦਾ ਹੁਕਮਰਾਨ ਚਲਾਕੀ ਦੇ ਨਾਲ ਕੁਰਸੀ 'ਤੇ ਕਾਬਜ ਹੋਣ ਵਾਸਤੇ ਇੱਕ ਦੇਸ਼ ਨੂੰ ਪੂਰਾ ਦਾ ਪੂਰਾ ਆਪਦੇ ਧਰਮ ਦਾ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਵਜੋਂ ਦੋ ਟੋਟੇ ਕਰਦਾ, ਤਾਂ ਉਦੋਂ ਪੰਜਾਬ ਦੀ ਹਿੱਕ 'ਤੇ ਇੱਕ ਲੀਕ ਵੱਜਦੀ ਹੈ ਅਤੇ ਇਹ ਵੰਡ ਹੁੰਦੀ ਹੈ। ਵੰਡ ਤਾਂ ਪੰਜਾਬ ਦੀ ਹੋਈ, ਪੰਜਾਬ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਹੈ, ਅਤੇ ਜੇ ਪੰਜਾਬ ਦੇ ਲੋਕ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ 'ਤੇ ਚੱਲਦੇ ਤਾਂ ਕੀ 10 ਲੱਖ ਬੰਦਾ ਮਰਦਾ? ਬਿਲਕੁਲ। ਸੋ ਗੁਰੂ ਨਾਨਕ ਸਾਹਿਬ ਦੀ ਸ਼ਾਇਦ ਵਿਚਾਰਧਾਰਾ, ਕਿਉਂਕਿ ਬਹੁਤ ਸਾਰੇ ਲੋਕ ਆ ਅੱਜ ਵੀ ਜਦੋਂ ਤੁਸੀਂ ਕੀਰਤਨ ਦੇ ਵਿੱਚ ਕਈ ਮੇਰੇ ਵਰਗੇ ਬੰਦਿਆਂ ਨੂੰ ਸਟੇਜ ਤੋਂ ਸੁਣਦੇ ਹੋ, ਉਹ ਇੰਜ ਕਹਿੰਦੇ ਨੇ ਵੀ ਜਿਵੇਂ ਫਲਾਣੇ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਨਿਹਾਲ ਹੋ ਗਿਆ, ਉਹਦੀਆਂ ਕੁੱਲਾਂ ਤਰ ਗਈਆਂ। ਅੱਖਾਂ ਨਾਲ ਦਰਸ਼ਨ ਨਹੀਂ ਗੁਰੂ ਦੇ ਕਰਨੇ, ਉੱਦਾਂ ਤਾਂ ਗੁਰੂ ਨਾਨਕ ਸਾਹਿਬ ਦੇ ਵੀ ਬਹੁਤ ਸਾਰਿਆਂ ਨੇ ਕਰਤਾਰਪੁਰ ਸਾਹਿਬ 'ਚ ਦਰਸ਼ਨ ਕੀਤੇ ਹੋਣਗੇ, ਜਿਨ੍ਹਾਂ ਨੇ ਚਾਦਰ ਦੋ ਟੋਟੇ ਕੀਤੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਅੱਖਾਂ ਨਾਲ ਦਰਸ਼ਨ ਕੀਤੇ ਹੋਣਗੇ। ਗੱਲ ਅੱਖਾਂ ਨਾਲ ਦਰਸ਼ਨ ਦੀ ਨਹੀਂ ਹੈ, ਗੱਲ ਹੈ ਕਿ ਗੁਰੂ ਨਾਨਕ ਦੇ ਸਿਧਾਂਤ 'ਤੇ ਕੌਣ ਚੱਲਿਆ। ਅਤੇ ਗੁਰੂ ਨਾਨਕ ਦਾ ਸਿਧਾਂਤ ਕਹਿੰਦਾ ਕਿਸੇ ਕਿਸਮ ਦੀ ਕੋਈ ਵੰਡੀ, ਊਚ ਦੀ, ਨੀਚ ਦੀ, ਗਰੀਬ ਦੀ, ਅਮੀਰ ਦੀ। ਹੁਣ ਤੁਸੀਂ ਮੈਨੂੰ ਇਸ ਗੱਲ 'ਤੇ ਸਵਾਲ ਕੀਤਾ ਵੀ ਤੁਸੀਂ ਈਦ ਦੇ ਉੱਤੇ ਮਸਜਿਦ ਕਿਉਂ ਗਿਆ, ਜਦਕਿ ਸਮਾਜ ਸਭ ਤੋਂ ਵੱਡੀ ਵੰਡੀ ਤਾਂ ਊਚ ਨੀਚ ਦੀ ਹੈ, ਸਭ ਤੋਂ ਵੱਡੀ ਵੰਡੀ ਤਾਂ ਅਮੀਰ ਅਤੇ ਗਰੀਬ ਦੀ ਹੈ। ਤੁਸੀਂ ਮੈਨੂੰ ਕਦੀ ਕਿਹਾ ਕਿ ਪਰਮਪਾਲ ਸਿੰਘ ਤੁਹਾਡੀ ਕੱਲ੍ਹ ਫੋਟੋ ਫਲਾਣੇ ਬੜੇ ਅਮੀਰ ਬੰਦੇ ਨਾਲ ਆਈ ਸੀਗੀ, ਅੱਜ ਫੋਟੋ ਫਲਾਣੇ ਗਰੀਬ ਬੰਦੇ ਨਾਲ ਆਈ ਹੈ? ਗੱਲ ਤਾਂ ਵੰਡੀ ਦੀ ਹੈ ਨਾ, ਅਸੀਂ ਅਮੀਰੀ ਅਤੇ ਗਰੀਬੀ ਦੀ ਵੰਡ ਨੂੰ ਵੰਡ ਹੀ ਨਹੀਂ ਗਿਣਦੇ, ਪਰ ਧਰਮ ਦੀ ਵੰਡ ਨੂੰ ਵੰਡ ਗਿਣਦੇ। ਸੋ ਗੁਰੂ ਨਾਨਕ ਸਾਹਿਬ ਦੇ ਆਸ਼ੇ ਅਨੁਸਾਰੀ ਇਹ ਫਰਜ਼ ਬਣਦਾ ਸੀ ਸਿੱਖ ਕੌਮ ਦਾ, ਸਿੱਖਾਂ ਦੇ ਆਗੂਆਂ ਦਾ, ਕਿ 1947 'ਚ ਜਿਹੜੀ ਵੰਡ ਪਈ, 10 ਲੱਖ ਬੰਦਾ ਸਾਡਾ ਮਰਿਆ, ਅਸੀਂ ਇੱਕ ਸਬਕ ਲੈਂਦੇ ਕਿ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਦੀ ਵਿਚਾਰਧਾਰਾ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਨੇ ਧਰਮ ਦੀ ਵੰਡੀ ਖਤਮ ਕਰਤੀ। ਹਾਂ, ਹੋ ਸਕਦਾ ਕਿ ਸਾਡਾ ਦੁਸ਼ਮਣ ਮੁਸਲਮਾਨ ਹੋਵੇ, ਪਰ ਸਾਡਾ ਸਾਰੇ ਮੁਸਲਮਾਨਾਂ ਨਾਲ ਵੈਰ ਤਾਂ ਨਹੀਂ। ਸਾਡੀਆਂ ਲੜਾਈਆਂ ਹੋਈਆਂ ਮੁਗਲਾਂ ਦੇ ਨਾਲ, ਅਸੀਂ ਇੱਕ ਡਾਹ ਕੇ ਲੜੇ, ਪਰ ਪੀਰ ਬੁੱਧੂ ਸ਼ਾਹ ਵੀ ਤਾਂ ਮੁਸਲਮਾਨ ਨੇ, ਗਨੀ ਖਾਂ ਨਬੀ ਖਾਂ ਕੌਣ ਨੇ, ਉਹ ਵੀ ਤਾਂ ਮੁਸਲਮਾਨ ਨੇ। ਤੁਸੀਂ ਕਦੀ ਵੀ ਯੂਟਿਊਬ 'ਤੇ ਜਾਓ ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਸੁਣਨਾ ਕਿ ਭਾਈ ਜੈਤਾ ਜੀ ਜਦੋਂ ਸੀਸ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦਿੱਲੀ ਤੋਂ, ਰਾਜ ਕਿੰਨੀਆਂ ਰਾਤਾਂ ਰਹੇ, ਅੱਧੀਆਂ ਮੁਸਲਮਾਨ ਨਾਮ ਆਉਣਗੇ ਸੈਯਦ ਦੀ, ਪੀਰ ਦੀ ਕੁਟੀਆ 'ਚ ਰਹੇ। ਸੋ ਇਹ ਧਿਆਨ ਰੱਖਣਾ ਬਣਦਾ, ਸਮਝਣਾ ਇਹ ਬਣਦਾ ਕਿ ਹੁਕਮਰਾਨ ਦਾ ਧਰਮ ਜ਼ਰੂਰੀ ਨਹੀਂ ਹੈ ਕਿ ਸਾਰੀ ਦੀ ਸਾਰੀ ਆਵਾਮ ਉਸੇ ਧਰਮ ਨੂੰ ਮੰਨਦੀ ਹੋਵੇ, ਅਤੇ ਜ਼ਰੂਰੀ ਨਹੀਂ ਹੈ ਕਿ ਜੇ ਹੁਕਮਰਾਨ ਫਿਰਕੂ ਸੋਚ ਦੇ ਨਾਲ ਸਾਰੀ ਆਵਾਮ ਨੂੰ ਕੁਚਲਣਾ ਚਾਹੁੰਦਾ, ਜਿਵੇਂ ਔਰੰਗਜ਼ੇਬ ਚਾਹੁੰਦਾ ਸੀ, ਅਤੇ ਸਾਰੀ ਇੱਥੋਂ ਦੇ ਭਾਰਤ ਦੇ ਜਿਹੜੇ ਮੁਸਲਮਾਨ ਸੀਗੇ ਉਹ ਔਰੰਗਜ਼ੇਬ ਦੀ ਸੋਚ ਨਾਲ ਸਹਿਮਤ ਨਹੀਂ ਸੀਗੇ। ਅੱਜ ਵੀ ਜਿਵੇਂ ਹਿੰਦ ਹਕੂਮਤ ਚਾਹੁੰਦੀ ਹੈ ਕਿ ਸਿਰਫ ਸਾਡੇ ਜਿਹੜੇ ਧਰਮ ਨੂੰ ਅਸੀਂ ਮੰਨਦੇ ਹਾਂ ਉਹੀ ਧਰਮ ਇਸੇ ਰਹੇ, ਬਾਕੀ ਸਾਰੇ ਖਤਮ ਹੋ ਜਾਣ, ਪਰ ਉਹ ਹੁਕਮਰਾਨ ਦਾ ਧਰਮ ਚਾਹੇ ਹਿੰਦੂ ਹੈ, ਪਰ ਜਿਹੜਾ ਆਮ ਪਿੰਡਾਂ ਵਿੱਚ ਸ਼ਹਿਰਾਂ 'ਚ ਰਹਿਣ ਵਾਲਾ ਹਿੰਦੂ ਹੈ ਉਹਦੇ ਮਨ ਦੀ ਇੱਦਾਂ ਦੀ ਭਾਵਨਾ ਨਹੀਂ ਹੈ, ਉਹ ਤਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਰਹਿੰਦਾ। ਸੋ ਵੀਰੇ, ਅੱਜ ਜ਼ਰੂਰਤ ਹੈ, ਮੈਨੂੰ ਜੋ ਲੱਗਦਾ ਕਿ ਅਸੀਂ ਇਹ ਸਵਾਲ ਹੀ ਤਾਂ ਕਰਨਾ ਪਿਆ ਕਿਉਂਕਿ ਅਸੀਂ ਰਾਜਨੀਤੀ ਦਾ ਸ਼ਿਕਾਰ, ਰਾਜਨੀਤੀ ਨੇ ਧਰਮ 'ਚ ਵੰਡੀਆਂ ਪਾਈਆਂ,
ਰਾਜਨੀਤੀ ਨੇ ਲੋਕਾਂ ਨੂੰ ਇਕੱਠੇ ਨਹੀਂ ਬਹਿਣ ਦਿੱਤਾ। ਤੁਸੀਂ ਮੁਸਲਮਾਨ ਹੋ, ਤੁਸੀਂ ਹਿੰਦੂ ਹੋ, ਤੁਸੀਂ ਜੈਨੀ ਹੋ, ਤੁਸੀਂ ਬੋਧੀ ਹੋ, ਤੁਸੀਂ ਸਿੱਖ ਹੋ, ਪਰ ਸਾਰੇ ਤਾਂ ਪਰਮਾਤਮਾ ਨੂੰ ਮੰਨਦੇ ਨੇ। ਸਾਰਿਆਂ ਦੀਆਂ ਧਰਮ ਪੁਸਤਕ ਜਿਹੜੇ ਉਹਨਾਂ ਦੀ ਆਈਡੀਓਲੋਜੀ ਹੈ ਉਹ ਸਾਨੂੰ ਪਿਆਰ ਦਾ ਸੰਦੇਸ਼ ਦਿੰਦੀ ਹੈ, ਏਕਤਾ ਦਾ ਸੰਦੇਸ਼ ਦਿੰਦੀ ਹੈ, ਮਿਲਵਰਤਨ ਦਾ ਸੰਦੇਸ਼ ਦਿੰਦੀ ਹੈ। ਅਤੇ ਪਾੜ ਕੌਣ ਗਿਆ, ਜੰਗਾਂ ਕਿਉਂ ਹੋ ਗਈਆਂ? ਅੱਜ ਕਈ ਵਾਰੀ ਤੁਸੀਂ ਸੁਣਿਆ ਹੋਣਾ ਵੀ ਆਮ ਕਰਕੇ ਨਾਸਤਿਕ ਲੋਕ ਕਹਿ ਦਿੰਦੇ ਜੀ ਧਰਮ ਦੇ ਨਾਂ 'ਤੇ ਜੰਗ ਹੋ ਗਈ, ਧਰਮ ਦੀਆਂ ਵੰਡੀਆਂ ਤੋਂ ਉੱਤੇ ਉੱਠੋ। ਧਰਮ ਹੀ ਤਾਂ ਜੋੜ ਕੇ ਬੈਠਾ ਹੈ, ਤੋੜਿਆ ਰਾਜਨੀਤੀ ਨੇ। ਪਰ ਇਹ ਦਿੱਕਤ ਹੈ, ਕੋਈ ਮਰਦ ਇਹ ਗੱਲ ਕਹਿੰਦਾ ਨਹੀਂ ਹੈ ਕਿ ਭਾਈ ਰਾਜਨੀਤੀ ਨੇ ਸਾਨੂੰ ਧਰਮ ਦੇ ਨਾਂ 'ਤੇ ਵੰਡਿਆ। ਕਿਹਾ ਇਹ ਜਾਂਦਾ ਵੀ ਹਾਂ ਜੀ ਧਰਮ ਦੇ ਨਾਂ 'ਤੇ ਲੋਕ ਵੰਡੇ ਪਏ ਨੇ, ਫਿਰਕੂ ਲੋਕ ਨੇ, ਧਰਮ ਦੀਆਂ ਗੱਲਾਂ ਕਰਦੇ ਨੇ, ਧਰਮ ਦੇ ਨਾਂ 'ਤੇ ਪੋਲਰਾਈਜੇਸ਼ਨ ਹੁੰਦੀ ਹੈ। ਕਰਦਾ ਕੌਣ ਹੈ ਪੋਲਰਾਈਜੇਸ਼ਨ? ਹੁਣੇ ਹੀ ਪਿੱਛੇ ਇਲੈਕਸ਼ਨਸ ਹੋ ਕੇ ਹਟੇ ਨੇ ਅਤੇ ਆਪਾਂ ਦੇਖਿਆ ਕਿ ਜਿਹੜੇ ਲੀਡਰ ਪਿਛਲੇ 5 ਸਾਲਾਂ ਦੇ ਵਿੱਚ ਕਦੇ ਕਿਸੇ ਧਾਰਮਿਕ ਸਥਾਨ 'ਤੇ ਨਹੀਂ ਦਿਖਦੇ ਸੀ ਸਾਨੂੰ, ਹੁਣ ਉਹ ਹਰ ਇੱਕ ਥਾਂ 'ਤੇ ਜਾਣ ਲੱਗ ਗਏ ਜਿੱਥੇ ਉਹਨਾਂ ਨੂੰ ਲੱਗਦਾ ਕਿ ਇੱਥੇ ਕੋਈ ਧਾਰਮਿਕ ਇਕੱਠ ਹੈਗਾ, ਉੱਥੇ ਜਾ ਕੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ। ਜੋ ਦੂਜੀ ਥਾਂ 'ਤੇ ਜਾਂਦੇ ਨੇ ਉਦੋਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ। ਅਮਰਜੋਤ ਸਿੰਘ, ਕਿੱਡੀ ਵੱਡੀ ਗੱਲ ਹੈ, ਸਮਝਣ ਵਾਲੀ ਗੱਲ। ਸਿੱਖੀ ਦੇ ਵਿੱਚ ਬ੍ਰਾਹਮਣੀ ਰਸਮਾਂ ਨੂੰ ਮੰਨਣਾ ਗਲਤ ਕਿਹਾ ਗਿਆ, ਅਤੇ ਜਦੋਂ ਤੁਸੀਂ ਦੇਖੋ ਵੀ ਸਿਰ 'ਤੇ ਬੰਨ੍ਹ ਕੇ ਪੱਗਾਂ ਅਤੇ ਮੰਦਰ 'ਚ ਬੈਠੇ ਹੂਤੀਆਂ ਪਾ ਰਹੇ ਹੁੰਦੇ ਆ ਅਤੇ ਮੱਥੇ 'ਤੇ ਤਿਲਕ ਲਾ ਰਹੇ ਹੁੰਦੇ ਅਤੇ ਮੇਰਾ ਹਾਸਾ ਨਿਕਲ ਜਾਂਦਾ ਵੀ ਜਿਹੜੇ ਉੱਥੋਂ ਦੇ ਪੰਡਿਤ ਹੈ ਜਾਂ ਜਿਹੜੀ ਹਿੰਦੂ ਲੋਕ ਨੇ, ਹਿੰਦੂ ਲੋਕ ਜਿਹੜੇ ਇੱਥੇ ਵੱਸਦੇ ਨੇ, ਉਹ ਸਮਝਦੇ ਕਿਉਂ ਨਹੀਂ ਇਹ ਗੱਲ ਵੀ ਇਹ ਬੰਦਾ ਸਿੱਖਾਂ ਦੇ ਘਰ 'ਚ ਪੈਦਾ ਹੋਇਆ ਅਤੇ ਸਿੱਖਾਂ ਬਦਲੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਕੁਰਬਾਨ ਕਰਤਾ, ਇਹਦਾ ਉਹਦੇ ਨਾਲ ਦਸਰਿਆ ਨਹੀਂ, ਇਹਨੂੰ ਸਾਡੇ ਇੱਧਰ ਆ ਕੇ ਤੇਲ ਪਾਉਣਾ ਪੈ ਗਿਆ ਅਤੇ ਇਹ ਸਾਡਾ ਕੀ ਸਵਾਰੂਗਾ? ਜਿਹੜਾ ਬੰਦਾ ਕੁਰਸੀ ਦੇ ਲਾਲਚ 'ਚ, ਵੋਟਾਂ ਦੇ ਲਾਲਚ ਵਿੱਚ ਆਪਣੇ ਧਰਮ ਕਰਮ ਨੂੰ ਛੱਡ ਕੇ ਅਤੇ ਦੂਜੇ ਪਾਸੇ ਚਲਾ ਗਿਆ। ਮੈਂ ਕਿਸੇ ਧਰਮ ਸਥਾਨ 'ਤੇ ਜਾਣਾ ਬੁਰਾ ਨਹੀਂ, ਮੈਂ ਵੀ ਕਿਹਾ ਨਾ, ਮੈਂ ਵੀ ਤਾਂ ਅੱਜ ਮਸਜਿਦ ਹੋ ਕੇ ਆਇਆ। ਜੀ ਜੀ ਜੀ। ਪਰ ਗੁਰੂ ਗੋਬਿੰਦ ਸਿੰਘ ਦਾ ਸਿਧਾਂਤ ਹੈ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਬਹਾਦਰ ਸ਼ਾਹ ਨੇ ਪੁੱਛਿਆ ਸਤਿਗੁਰੂ ਜੀ ਨੂੰ ਵੀ ਤੁਹਾਡਾ ਧਰਮ ਵਧੀਆ ਕਿ ਸਾਡਾ ਵਧੀਆ? ਸਤਿਗੁਰ ਨੇ ਕਿਹਾ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਅਤੇ ਜਦੋਂ ਮੱਕੇ ਦੇ ਵਿੱਚ ਕਾਬੇ ਦੀ ਬਿਲਡਿੰਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਵੱਡਾ ਹਿੰਦੂ ਕਿ ਮੁਸਲਮਨੋਈ, ਤਾਂ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਗੱਲ ਤਾਂ ਗੁਣਾਂ ਦੀ ਹੈ ਵੀ ਰਿਹਾ, ਸਾਂਝ ਤਾਂ ਗੁਣਾਂ ਦੀ ਹੈ। ਉਹ ਹੁਣ ਹੁੰਦਾ ਕੀ ਹੈ ਕਿ ਜਦੋਂ ਇਹ ਨੇਤਾ ਮੰਦਰਾਂ 'ਚ, ਮੰਦਰਾਂ ਵਾਲੇ ਮਸਜਿਦਾਂ 'ਚ, ਮਸਜਿਦਾਂ ਵਾਲੇ ਦੂਜੇ ਪਾਸੇ ਜਾਂਦੇ ਨੇ, ਉਹ ਸੋਚਦੇ ਨੇ ਕਿ ਦੂਜੇ ਧਰਮ ਦੇ ਲੋਕ ਵੀ ਸਾਨੂੰ ਖੁਸ਼ ਹੋਣ ਸਾਡੇ 'ਤੇ। ਵੇਖੋ ਜੀ ਕਿੱਡੀ ਸੋਹਣੀ ਪੱਗ ਬੱਧੀ ਹੈ, ਅਤੇ ਵੇਖੋ ਜੀ ਤਿਲਕ ਵੀ ਲਾਇਆ ਹੋਇਆ, ਇਹ ਜੀ ਮੰਦਰ ਵੀ ਜਾ ਰਹੇ ਨੇ। ਅਸਲ ਵਿੱਚ ਇਹ ਲੋਕ ਖਿਚੜੀ ਬਣਾ ਰਹੇ ਨੇ, ਗੰਧਲਾ ਕਰ ਰਹੇ ਨੇ ਧਰਮ, ਕਿਉਂਕਿ ਜੇ ਤੁਸੀਂ ਆਪਣੇ ਧਰਮ 'ਚ ਪ੍ਰਪੱਕ ਹੋ ਤਾਂ ਤੁਸੀਂ ਦਿਲੋਂ ਉਸ ਧਰਮ ਦਾ ਸਤਿਕਾਰ ਕਰੋ, ਉਹ ਲੋਕਾਂ ਨਾਲ ਪਿਆਰ ਕਰੋ ਅਤੇ ਲੋਕਾਂ ਦੇ ਕੰਮ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਮੰਦਰ ਆਏ ਹਾਂ, ਮਸਜਿਦ ਆਏ ਹਾਂ, ਅਸੀਂ ਪਰਮਾਤਮਾ ਦੇ ਦਰ 'ਤੇ ਆਏ ਹਾਂ ਅਤੇ ਅਸੀਂ ਪਰਮਾਤਮਾ ਨੂੰ ਜਵਾਬ ਦੇ ਹਾਂ ਅਤੇ ਇਸ ਖਲਕਤ ਦਾ ਭਲਾ ਕਰਨਾ ਸਾਡਾ ਫਰਜ਼। ਉਹ ਕੀ ਕਰਦੇ, 2 ਦਿਨ ਫੋਟੋਆਂ ਖਿਚਾ ਕੇ ਅਤੇ ਮੁੜ ਕੇ 5 ਸਾਲ ਉਸੇ ਖਲਕਤ ਨੂੰ, ਉਸੇ ਮੰਦਰ ਵਾਲਿਆਂ ਨੂੰ, ਉਸੇ ਮਸਜਿਦ ਵਾਲਿਆਂ ਨੂੰ, ਉਸੇ ਗੁਰਦੁਆਰੇ ਵਾਲਿਆਂ ਨੂੰ ਰੱਜ ਕੇ ਲੁੱਟਦੇ ਨੇ ਅਤੇ ਕੁੱਟਦੇ ਨੇ ਅਤੇ ਚੇਤਾ ਹੀ ਭੁੱਲ ਜਾਂਦੇ ਨੇ ਕਿ ਇਲੈਕਸ਼ਨ ਤੋਂ ਪਹਿਲਾਂ ਕਿੱਥੇ ਗਏ ਸੀ। ਇਸੇ ਦੇ ਵਿੱਚ ਇੱਕ ਗੱਲ ਹੋਰ ਵੀ ਹੁੰਦੀ, ਆਪਾਂ ਹੁਣੇ ਗੱਲ ਕੀਤੀ ਕਿ ਪੱਗਾਂ ਵਾਲੇ ਮੰਦਰ ਦੇ ਵਿੱਚ ਜਾਂਦੇ ਨੇ, ਬਹੁਤ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਜਿਸ ਟਾਈਮ ਉਹਨਾਂ ਨੇ ਪੰਜਾਬ 'ਚ ਲੋਕਾਂ ਤੋਂ ਵੋਟਾਂ ਮੰਗਵਾਉਣਾ ਹੁੰਦਾ, ਸਿਰ 'ਤੇ ਪੱਗ ਬੰਨ੍ਹੀ ਜਾਂਦੀ ਹੈ। ਪੱਗ ਨੂੰ ਸਿਰਫ ਇੱਕ ਸਿੰਬਲ ਬਣਾ ਲਿਆ ਗਿਆ ਕਿ ਅਸੀਂ ਜੇ ਲੋਕਾਂ ਦੇ ਵਿੱਚ ਰਲਣਾ ਹੈ, ਲੋਕ ਸਾਨੂੰ ਸੁਣਨ, ਤਾਂ ਸਿਰ 'ਤੇ ਪੱਗ ਬੰਨ੍ਹ ਲਿੱਤੀ ਜਾਂਦੀ ਹੈ। ਇਹ ਜ਼ਰੂਰ ਹੋਏਗਾ ਕਿ ਇੱਦਾਂ ਦੇ ਸਾਡੇ, ਜਿਵੇਂ ਹੁਣ ਅਸੀਂ ਗੱਲ ਕਰੀਏ ਜੇ SGPC ਦੀਆਂ, ਜਿਹੜੇ ਸਾਡੀ ਸਿਰਮੌਰ ਜਥੇਬੰਦੀ ਹੈ, ਕਿਉਂ ਇਹੋ ਜਿਹੀ ਚੀਜ਼ 'ਤੇ ਰੋਕ ਨਹੀਂ ਲਗਾਈ ਜਾਂਦੀ? ਅਸੀਂ ਦਸਤਾਰ ਦੀ ਗੱਲ ਕਰੀਏ, ਅਸੀਂ ਬੜਾ ਉੱਚਾ ਮੰਨਦੇ ਹਾਂ ਇਹਨੂੰ, ਅਤੇ ਇਹਨੂੰ ਉਸ ਸਿਰ ਦੇ ਉੱਤੇ ਸਜਾਉਣਾ
ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ, ਜਿਹਦੇ ਉੱਪਰ ਇਹੋ ਜਿਹੇ ਇਲਜ਼ਾਮ ਲੱਗੇ ਨੇ ਕਿ ਜਿਹੜਾ ਆਮ ਬੰਦਿਆਂ ਦੇ ਵਿੱਚ ਬੈਠ ਵੀ ਨਹੀਂ ਸਕਦਾ, ਉਹਦੇ ਸਿਰ 'ਤੇ ਪੱਗ ਬੰਨ੍ਹੀ ਜਾਂਦੀ ਹੈ, ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ? ਵੀਰੇ ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਾਡੇ ਆਲਸ ਹੈ, ਸਾਡੀ ਨਲਾਇਕੀ ਹੈ। ਕਿਉਂਕਿ ਮੰਨ ਲਓ, ਤੁਸੀਂ ਦੇਖਿਆ ਹੋਣਾ ਵੀ ਜਦੋਂ ਵੀ ਦਿੱਲੀਓਂ ਕੋਈ ਆਉਂਦਾ ਵੱਡਾ ਨੇਤਾ, ਉਹਦੇ ਸਿਰ 'ਤੇ ਪੱਗ ਰੱਖ ਕੇ ਉਹਨੂੰ ਸ੍ਰੀ ਸਾਹਿਬ ਭੇਟ ਕੀਤੀ ਜਾਂਦੀ। ਪਹਿਲਾਂ ਭਾਈ ਦੇਖੋ ਸਹੀ ਵੀ ਇਹ ਤੁਹਾਡੇ ਧਰਮ 'ਚ ਹੈ ਵੀ ਹੈ ਕਿ ਨਹੀਂ, ਕੀ ਤੁਸੀਂ ਉਹਨੂੰ ਖੁਸ਼ ਕਰਨ ਦੇ ਲਈ ਤਾਂ ਇੱਦਾਂ ਨਹੀਂ ਕਰ ਰਹੇ? ਖਾਸ ਕਰਕੇ ਮੈਂ ਅਕਾਲੀ ਸਿਆਸਤ ਨੇ ਇਹਦੇ ਵਿੱਚ ਬਹੁਤ ਗੰਧਲਾਪਣ ਲਿਆਂਦਾ। ਅਕਾਲੀਆਂ ਨੇ ਉੱਥੋਂ ਜਿਹੜੇ ਦਿੱਲੀਓਂ ਆਉਣੇ ਉਹਨਾਂ ਦੇ ਸਿਰਾਂ 'ਤੇ ਪੱਗਾਂ ਬੰਨ੍ਹ ਦੇਣੀਆਂ, ਪੱਗਾਂ ਬੰਨ੍ਹ ਦੇਣੀਆਂ, ਉਹਨਾਂ ਨੂੰ ਕਿਰਪਾਨਾਂ ਮਤਲਬ ਸ੍ਰੀ ਸਾਹਿਬ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੇ ਦੇਣੀਆਂ ਭੇਟਾਂ ਦੇ ਰੂਪ 'ਚ। ਸੋ ਉਹ ਹੌਲੀ ਹੌਲੀ ਕੀ ਸੀਗਾ, ਬਾਣੀ ਦੇ ਵਿੱਚ ਇਹ ਚੀਜ਼ ਆਉਂਦੀ ਹੈ ਵੀ ਬਹੁਤ ਸਾਰੇ ਲੋਕ ਭੇਖ ਧਾਰਨ ਕਰਦੇ ਨੇ ਲੋਕਾਂ ਨੂੰ ਵਸ ਵਿੱਚ ਕਰਨ ਵਾਸਤੇ, ਅਤੇ ਲੋਕਾਂ ਨੂੰ ਵਸ ਵਿੱਚ ਕਰਕੇ ਉਹ ਉੱਦਾਂ ਦਾ ਐਕਟ ਕਰਦੇ ਨੇ ਜਿਵੇਂ ਇੱਕ ਮਦਾਰੀ ਐਕਟ ਕਰਦਾ, ਇੱਕ ਨਾਟਕਕਾਰ ਐਕਟ ਕਰਦਾ, ਅਤੇ ਲੋਕਾਂ ਨੂੰ ਬੁੱਧੂ ਬਣਾਉਂਦੇ। ਕੋਈ ਵੀ ਜਿਹੜਾ ਠੱਗ ਹੁੰਦਾ, ਇੱਕ ਯਾਦ ਰੱਖਣਾ, ਜਿਹੜਾ ਚੋਰ ਅਤੇ ਠੱਗ 'ਚ ਕੀ ਫਰਕ ਹੁੰਦਾ? ਜਿਹੜਾ ਚੋਰ ਹੈ ਨਾ, ਉਹ ਆਪਣੇ ਦਮ 'ਤੇ ਚੋਰੀ ਕਰਦਾ, ਉਹ ਠੱਗੀ ਨਹੀਂ ਮਾਰਦਾ, ਉਹ ਸਿਰਫ ਹਨੇਰੇ ਦਾ ਸਹਾਰਾ ਲੈ ਲੈਂਦਾ ਜਾਂ ਕਿਸੇ ਹੋਰ ਢੰਗ ਦੇ ਨਾਲ ਉਹ ਤੁਹਾਡੀ ਆਪਣੀ ਕਲਾਕਾਰੀ ਦਿਖਾ ਕੇ ਤੁਹਾਡੀ ਜੇਬ ਕੱਟ ਲਏਗਾ। ਪਰ ਜਿਹੜਾ ਠੱਗ ਹੈ ਉਹ ਬਹਿਰੂਪੀਆ ਹੁੰਦਾ, ਉਹ ਇੱਕ ਵੇਸ ਧਾਰਨ ਕਰਦਾ, ਉਹ ਇੱਕ ਵੇਸ ਧਾਰਨ ਕਰਨ ਤੋਂ ਬਾਅਦ ਇੱਕ ਮਾਹੌਲ ਕ੍ਰੀਏਟ ਕਰਦਾ ਤਾਂ ਕਿ ਉਸ ਮਾਹੌਲ ਦੇ ਵਿੱਚ ਉਹ ਤੁਹਾਡੇ ਨਾਲ ਠੱਗੀ ਮਾਰ ਸਕੇ। ਕੋਈ ਤੁਹਾਡਾ ਟ੍ਰੇਨ 'ਚ ਜਾਂਦਿਆਂ ਤੁਹਾਡੇ ਨਾਲ ਠੱਗੀ ਮਾਰੂਗਾ, ਤੁਹਾਨੂੰ ਕੋਈ ਚੀਜ਼ ਖਿਲਾ ਕੇ ਮਾਰ ਸਕਦਾ, ਤੁਹਾਡੇ ਨਾਲ ਪਿਆਰ ਪਾ ਕੇ ਕੋਈ ਠੱਗੀ ਬਚ ਸਕਦੀ ਹੈ। ਦੋ ਚਾਰ ਦਿਨ ਤੁਹਾਡੇ ਨਾਲ ਰਹਿ ਕੇ ਆਪਾਂ ਵੇਖਦੇ ਹੀ ਹਾਂ। ਹਾਂਜੀ ਹਾਂਜੀ, ਠੱਗ ਜਿਹੜਾ ਉਹਨੂੰ ਟਾਈਮ ਲੱਗਦਾ, ਉਹਨੂੰ ਭੇਖ ਵਟਾਉਣਾ ਪੈਂਦਾ, ਭੇਖੀ ਬਣਨਾ ਪੈਂਦਾ। ਸੋ ਇਹ ਜਿੰਨੇ ਝੂਠੇ ਨੇਤਾ ਆਉਂਦੇ ਨੇ, ਕੋਈ ਸਿਰ 'ਤੇ ਪੱਗ ਰੱਖ ਰਿਹਾ ਜਾਂ ਪੱਗਾਂ ਵਾਲੇ ਤਿਲਕ ਲਾ ਰਹੇ ਨੇ ਜਾਂ ਕੋਈ ਹਿੰਦੂ ਹੋ ਕੇ ਮੁਸਲਮਾਨੀ ਟੋਪੀ ਪਾ ਰਿਹਾ, ਇਹ ਸਾਰਾ ਦਾ ਸਾਰਾ ਤਮਾਸ਼ਾ ਵੀਰੇ ਵੋਟਾਂ ਦਾ, ਰਾਜਨੀਤੀ ਦਾ, ਜਿਹਨੇ ਧਰਮ ਦੇ ਵਿੱਚ ਵੀ ਦਖਲ ਅੰਦਾਜ਼ੀ ਕਰਕੇ ਜਿਹੜੀਆਂ ਧਰਮ ਦੀਆਂ ਚੰਗਿਆਈਆਂ ਵਾ, ਜਿਨ੍ਹਾਂ ਨਾਲ ਲੋਕਾਂ ਨੇ ਜੁੜਨਾ ਸੀਗਾ ਧਰਮ ਦੇ ਨਾਂ 'ਤੇ, ਲੋਕਾਂ ਨੂੰ ਵੰਡ ਕੇ ਲੋਕਾਂ ਦੇ ਵਿੱਚ ਪਾੜਾ ਪਾ ਕੇ, ਇਹਨਾਂ ਲੋਕਾਂ ਨੇ ਤੁਸੀਂ ਕਦੀ ਫਿਲਮਾਂ 'ਚ ਦੇਖਿਆ, ਜਦੋਂ ਦੰਗੇ ਹੋਣਗੇ ਨਾ ਕਿਸੇ ਵੀ ਫਿਲਮ 'ਚ, ਅੱਜ ਤੱਕ ਬਾਲੀਵੁੱਡ ਹਾਲੀਵੁੱਡ ਜਿੱਥੇ ਵੇਖ ਲਓ, ਜਦੋਂ ਵੀ ਦੰਗੇ ਹੋਣਗੇ ਉਹ ਦੰਗੇ ਮੰਦਰ ਵਿੱਚ ਬਹਿ ਕੇ ਪਲੈਨ ਨਹੀਂ ਹੋਣਗੇ, ਮਸਜਿਦ ਵਿੱਚ ਬਹਿ ਕੇ ਪਲੈਨ ਨਹੀਂ ਹੋਣਗੇ, ਉਹ ਕਿੱਥੇ ਹੋਣਗੇ ਪਲੈਨ? ਉਹ ਨੇਤਾ ਦੇ ਡਰਾਇੰਗ ਰੂਮ 'ਚ ਬਹਿ ਕੇ ਪਲੈਨ ਹੋਣਗੇ, ਪਰ ਮੰਦਰ ਅਤੇ ਮਸਜਿਦ ਦੇ ਨਾਂ 'ਤੇ ਦੰਗੇ ਹੋਣਗੇ। ਧਰਮੀ ਲੋਕ ਦੰਗੇ ਨਹੀਂ ਕਰਦੇ, ਦੰਗੇ ਰਾਜਨੀਤਿਕ ਲੋਕ ਕਰਦੇ ਨੇ, ਪਰ ਧਰਮੀਆਂ ਨੂੰ ਖਰੀਦ ਕੇ ਜਾਂ ਵੇਚ ਕੇ ਕਰਦੇ। ਗੁਰਦੁਆਰਾ ਮੰਦਰ ਮਸਜਿਦ ਧਰਮ ਦੇ ਨਾਂ 'ਤੇ ਜਦੋਂ ਵੇਚੀ ਜਾਂਦੀ ਹੈ ਉਦੋਂ ਉਹ ਦੰਗਿਆਂ ਦਾ ਮਾਹੌਲ ਤਿਆਰ ਕੀਤਾ ਜਾਂਦਾ। ਸੋ ਸਾਨੂੰ ਇਹ ਸਮਝਣਾ ਪੈਣਾ, ਇਹ ਲੋਕਤੰਤਰ ਦੀ ਨਲੈਕੀ ਹੈ, ਲੋਕਤੰਤਰ ਦੇ ਨਾਂ 'ਤੇ ਕਲੰਕ ਹੈ ਇਸ ਗੱਲ 'ਤੇ ਕਿ ਬਹੁਤੀ ਵਾਰੀ ਲੋਕ, ਕਿਉਂਕਿ ਇਹ ਗਣਤੰਤਰ ਹੈ, ਸਿੱਖੀ ਵਿੱਚ ਤਾਂ ਇਹਦਾ ਕੋਈ ਮਹੱਤਵ ਨਹੀਂ ਹੈਗਾ ਕਿਉਂਕਿ ਸਿੱਖੀ ਤਾਂ ਗੁਣਤੰਤਰ 'ਤੇ ਚੱਲਦੀ ਹੈ ਜੀ, ਉੱਥੇ ਗੁਣਾਂ ਦੀ ਕੋਈ ਵੈਲਿਊ ਨਹੀਂ, ਉੱਥੇ ਭੀੜ ਤੰਤਰ ਹੈ, ਭੇਡ ਤੰਤਰ ਹੈ। ਸੋ ਜਦੋਂ ਭੀੜ ਤੰਤਰ ਅਤੇ ਭੇਡ ਤੰਤਰ ਦੀ ਗੱਲ ਆਵੇ ਤਾਂ ਭੇਡ ਚਾਲ ਦੀ ਵੀ ਗੱਲ ਆਊਗੀ, ਅਤੇ ਫਿਰ ਇਹੋ ਜਿਹੜੇ ਠੱਗ ਨੇ ਉਹ ਧਰਮ ਦੇ ਨਾਂ 'ਤੇ ਵੋਟਾਂ ਦੀ ਪੋਲਰਾਈਜੇਸ਼ਨ ਕਰਨ ਵਾਸਤੇ ਅਕਸਰ ਇਹ ਵੰਡੀਆਂ ਪਾਉਂਦੇ ਨੇ। ਅਤੇ ਈਦਾਂ ਵੀ ਸਾਡੀਆਂ ਨੇ, ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਦੀਵਾਲੀਆਂ ਵੀ ਸਾਡੀਆਂ ਨੇ, ਲੋਹੜੀਆਂ ਵੀ ਸਾਡੀਆਂ ਨੇ, ਗੁਰਪੁਰਬ ਵਿਸਾਖੀ ਵੀ ਸਾਡੀ ਹੈ। ਫਰਕ ਸਿਰਫ ਇੰਨਾ ਹੈ ਕਿ ਅਸੀਂ ਸਾਰੇ ਧਰਮਾਂ ਦਾ ਅਸੀਂ ਮਸਜਿਦ ਜਾਂਦੇ ਹਾਂ, ਉੱਥੇ ਨਮਾਜ਼ ਨਹੀਂ ਅਦਾ ਕਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜ਼ਰੂਰ ਵੀ ਜਿਹੜੇ ਜਿਹੜੇ ਧਰਮ ਸਥਾਨਾਂ 'ਤੇ ਗਏ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਰਸਮਾਂ ਦੇ ਵਿੱਚ ਆਪਣੇ ਆਪ ਨੂੰ ਖਚਿਤ ਨਹੀਂ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਨੇ ਜੇ ਕਿਤੇ ਮੰਨ ਲਓ ਆਰਤੀ ਹੋ ਰਹੀ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਜਗਨਨਾਥ ਦਾ ਮਤਲਬ ਹੈ ਜੱਗ ਦਾ ਨਾਥ, ਉਹ ਬਹੁਤ ਵੱਡਾ,
ਉਹਦੀ ਆਰਤੀ ਇੰਨੀ ਛੋਟੀ ਜੀ ਨਹੀਂ ਹੋ ਸਕਦੀ। ਮੈਂ ਤੁਹਾਨੂੰ ਦੱਸਦਾ ਜਗਨਨਾਥ ਦੀ ਆਰਤੀ ਕਿੱਡੀ ਵੱਡੀ ਹੋਏਗੀ। ਵਿਰੋਧ ਨਹੀਂ ਹੈ, ਆਰਤੀ ਦੀ ਥਾਂ 'ਤੇ ਆਰਤੀ ਦਿੱਤੀ ਜਾ ਰਹੀ, ਜਨੇਊ ਹੈ। ਸਤਿਗੁਰੂ ਜੀ ਕਹਿੰਦੇ ਤਨ ਤੱਕ ਪੈ ਸਕਦਾ, ਇਹਦਾ ਮਨ ਨਾਲ ਕੋਈ ਸੰਬੰਧ ਨਹੀਂ। ਤੇਰੀ ਜ਼ਿੰਦਗੀ ਦੇ ਸਾਰੇ ਫੈਸਲੇ ਤੇਰੇ ਮਨ ਨੇ ਕਰਨੇ, ਤੇਰੀ ਸੁਰਤ ਨੇ ਕਰਨੇ ਆ, ਅਤੇ ਕਿਉਂ ਨਾ ਤੈਨੂੰ ਮੈਂ ਸੁਰਤ ਦਾ ਜਨੇਊ ਦੇ ਦਾਂ, ਗੁਣਾਂ ਵਾਲਾ ਜਨੇਊ ਦੇ ਦਾਂ। ਹੁਣ ਗੁਰੂ ਨਾਨਕ ਸਾਹਿਬ ਜਿਹੜੀ ਆਰਤੀ ਦੀ ਗੱਲ ਕਰ ਰਹੇ ਨੇ, ਜਿਹੜੇ ਜਨੇਊ ਦੀ ਗੱਲ ਕਰ ਰਹੇ, ਉਹ ਗੁਣਾਂ ਵਾਲਾ, ਅਤੇ ਜਿਹੜਾ ਲੋਕਤੰਤਰ ਹੈ ਇਹ ਗਣ ਵਾਲਾ। ਸੋ ਜਦੋਂ ਗਣ ਦੀ ਗੱਲ ਆ ਗਈ, ਗੁਣ ਤੋਂ ਗਣ ਬਣ ਗਿਆ, ਉਦੋਂ ਸਾਰੀ ਦੀ ਸਾਰੀ ਕਹਾਣੀ ਵੀਰੇ ਬਦਲ ਗਈ। ਬਹੁਤ ਸਾਰੇ ਭੇਖੀ ਲੋਕ ਕੁਰਸੀ ਦੇ ਲਾਲਚ ਵਿੱਚ ਮੁਸਲਮਾਨ, ਹਿੰਦੂ, ਸਿੱਖ, ਈਸਾਈ ਦੀ ਵੰਡੀ ਪਾਉਂਦੇ ਨੇ, ਅਤੇ ਸਾਨੂੰ ਖਾਸ ਕਰਕੇ ਪੰਜਾਬ ਨੂੰ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਹੈ, ਇੱਥੇ ਸ਼ਹੀਦਾਂ ਦਾ ਲਹੂ ਡੁੱਲਾ, ਪੰਜਾਬ ਨੂੰ ਜ਼ਰੂਰ ਇਹ ਸੁਨੇਹਾ ਦੇਣਾ ਚਾਹੀਦਾ ਵੀ ਭਾਈ ਆਪਾਂ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ ਦੇ ਉੱਤੇ ਚੱਲਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਮਿੱਤਰ, ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਹਿੰਦੂਆਂ ਨੇ ਵੀ ਬਹੁਤ ਸਾਰਾ ਸਾਥ ਦਿੱਤਾ। ਚਮਕੌਰ ਦੀ ਗੜੀ ਜਿਹੜੀ ਹੈ ਉਹ ਬੁੱਧੀ ਚੰਦ ਨੇ ਦਿੱਤੀ, ਉਹ ਹਿੰਦੂ ਧਰਮ ਦੇ ਸੀਗੇ, ਅਤੇ ਜਿਹੜੇ ਟੋਡਰਮੱਲ ਨੇ ਦੀਵਾਨ ਉਹ ਜੈਨ ਧਰਮ ਦੇ ਸੀਗੇ, ਅਤੇ ਜਿਹੜੇ ਗਨੀ ਖਾਂ ਨਬੀ ਖਾਂ ਨੇ ਉਹ ਮੁਸਲਮਾਨ ਧਰਮ ਦੇ ਸੀਗੇ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਸਿਧਾਂਤ ਨੇ, ਜਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਵੰਡੀ ਨਹੀਂ ਹੈ। ਪੰਥ ਨੂੰ ਜ਼ਰੂਰ ਇਹ ਚਾਹੀਦਾ, ਕਿਉਂਕਿ ਅਸੀਂ ਉਲਝ ਬੜਾ ਗਏ, ਮੂਲ ਮੰਤਰ ਆ ਨਹੀਂ, ਆ ਰਾਗਮਾਲਾ ਮੰਨਣੀ ਕਿ ਨਹੀਂ ਮੰਨਣੀ, ਅਸੀਂ ਛੋਟੀਆਂ ਚੀਜ਼ਾਂ ਦੇ ਵਿੱਚ, ਨਿੱਕੇ ਮਸਲਿਆਂ 'ਚ ਉਲਝ ਕੇ ਰਹਿ ਗਏ ਹਾਂ। ਜਿਹੜਾ ਅਸਲ ਸਿਧਾਂਤ ਸੀਗਾ ਕਿ ਗੁਰੂ ਸਾਹਿਬਾਨਾਂ ਦੀ ਕਿੱਦਾਂ ਦੇ ਹਿੰਦੂਆਂ ਨਾਲ ਸਾਂਝ ਸੀ, ਅਸੀਂ ਕਿੱਦਾਂ ਦੇ ਹਿੰਦੂਆਂ ਨਾਲ ਰੱਖਣੀ ਹੈ। ਕਿਉਂਕਿ ਅੱਜ ਮੰਨ ਲਓ ਮੈਂ ਕਿਸੇ ਹਿੰਦੂ ਨਾਲ ਸਾਂਝ ਰੱਖਾਂ, ਜਾਂ ਮੈਂ ਮੰਦਰ ਜਾਵਾਂ, ਉਹਨਾਂ ਕਹਿਣਾ RSS ਦਾ ਬੰਦਾ ਜੀ। ਅੱਜ ਮੈਂ ਮੁਸਲਮਾਨਾਂ ਨਾਲ ਸਾਂਝ ਰੱਖ ਕੇ ਬੈਠਾਂ ਅਤੇ ਉਹ ਕਹਿਣਗੇ ਤੁਸੀਂ ਪਾਕਿਸਤਾਨ ਦੇ ਏਜੰਟ ਹੋ ਜੀ, ਸਮਥਿੰਗ ਲਾਈਕ। ਉਹ ਕੀ ਆ ਵੀ ਸਾਨੂੰ ਜਦੋਂ ਸਾਡਾ ਇੱਕ ਦੁਸ਼ਮਣ ਹੈ ਉਹ ਸਾਨੂੰ ਪੋਰਟਰੇ ਕਰਦਾ, ਇਸ ਤੋਂ ਪਹਿਲਾਂ ਕਿ ਉਹ ਪੋਰਟਰੇ ਕਰੇ ਕਿ ਸਿੱਖਾਂ ਨੇ ਕੀ ਕਰਨਾ ਕੀ ਨਹੀਂ ਕਰਨਾ, ਸਿੱਖ ਆਪਣੇ ਗੁਰੂਆਂ ਦੀ, ਆਪਣੇ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਤੈਅ ਕਰਨ ਕਿ ਭਾਈ ਗੁਰੂ ਸਾਹਿਬਾਨਾਂ ਦੀਆਂ ਮੁਸਲਿਮ ਸਾਂਝਾਂ ਕੀ ਸੀਗੀਆਂ, ਗੁਰੂ ਸਾਹਿਬਾਨਾਂ ਦੀਆਂ ਹਿੰਦੂ ਸਾਂਝਾਂ ਕੀ ਸੀ, ਗੁਰੂ ਕਿਹੋ ਜਿਹੇ ਹਿੰਦੂਆਂ ਨੂੰ ਪਿਆਰ ਕਰਦੇ ਨੇ ਅਤੇ ਕਿਹੋ ਜਿਹੇ ਹਿੰਦੂਆਂ ਨਾਲ ਸਾਡਾ ਰੌਲਾ, ਗੁਰੂ ਸਾਹਿਬ ਕਿਹੋ ਜਿਹੇ ਮੁਸਲਮਾਨਾਂ ਨੂੰ ਪਿਆਰ ਕਰਦੇ ਨੇ ਅਤੇ ਕਿਹੋ ਜਿਹੇ ਮੁਸਲਮਾਨਾਂ ਨਾਲ ਸਾਡਾ ਰੌਲਾ। ਸੋ ਜਦੋਂ ਅਸੀਂ ਇੱਕ ਦੂਜੇ ਦੇ ਨੇੜੇ ਆਵਾਂਗੇ, ਇੱਕ ਤਾਂ ਭਾਈਚਾਰਕ ਸਾਂਝ ਬਣੇਗੀ, ਦੂਜੀ ਗੱਲ ਬਹੁਤ ਸਾਰੇ ਮਸਲੇ ਨੇ ਲੋਕਤੰਤਰ ਦੇ ਵਿੱਚ, ਸਾਰਾ ਕੁਝ ਲੋਕਾਂ ਦੇ ਹਿਸਾਬ ਨਾਲ ਨਹੀਂ ਚੱਲਦਾ, ਇਹ ਕਹਿਣ ਨੂੰ ਆ ਲੋਕਾਂ ਵੱਲੋਂ, ਲੋਕਾਂ ਦੀ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ। ਮੈਂ ਪੁੱਛਦਾ ਜੇ ਲੋਕਾਂ ਵੱਲੋਂ, ਲੋਕਾਂ ਦੀ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ ਤਾਂ ਫਿਰ ਰਾ, IB, FBI, ਇਹ ਏਜੰਸੀਆਂ ਬਣਾਉਣ ਦੀ ਕੀ ਜ਼ਰੂਰਤ ਹੈ? ਹਾਂਜੀ, ਇਹਦਾ ਮਤਲਬ ਕੋਈ ਹੋਰ ਵੀ ਚਲਾਉਂਦਾ। ਉਹ ਜਦੋਂ ਓਪਰੇਸ਼ਨਸ ਕਰਦੇ ਨੇ, ਏਜੰਸੀ ਓਪਰੇਸ਼ਨਸ ਹੁੰਦੇ ਨੇ, ਅਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਆਪਣੇ ਹਿਸਾਬ ਨਾਲ ਜਿਹੜੀ ਇਸਟੈਬਲਿਸ਼ਮੈਂਟ ਹੈ ਉਸ ਸਿਸਟਮ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਹਦਾ ਬਹੁਤੀ ਵਾਰੀ ਸ਼ਿਕਾਰ ਹੋ ਜਾਂਦੇ ਹਾਂ। ਸੋ ਜੇ ਲੀਡਰ, ਰਾਜਨੀਤਿਕ ਲੀਡਰ ਜਿਹੜੇ ਵੰਡੀਆਂ ਪਾਉਂਦੇ ਨੇ, ਉਹ ਨਿੱਜੀ ਹਿੱਤਾਂ ਖਾਤਰ ਦਲ ਬਦਲ ਸਕਦੇ ਨੇ, ਇੱਕ ਦੂਜੇ ਦਲ ਨਾਲ ਜਿਹੜਾ ਉਹ ਗੱਠਜੋੜ ਕਰ ਸਕਦੇ ਨੇ, ਅਤੇ ਮੈਂ ਚਾਹੁੰਦਾ ਵੀ ਜਿਹੜੇ ਧਰਮ ਦੇ ਆਗੂ ਨੇ ਜਾਂ ਜਿਹੜੇ ਧਰਮ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਦਾ ਆਪਸ ਵਿੱਚ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਤਾਂ ਕਿ ਜੇ ਰਾਜਨੀਤਿਕ ਲੋਕ ਲੋਕਤੰਤਰ ਦੇ ਵਿੱਚ ਠੱਗੀ ਮਾਰ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਧਰਮ ਨੂੰ ਵਰਤਣ ਦੀ ਕੋਸ਼ਿਸ਼ ਕਰਨ, ਅਤੇ ਜਿਹੜੇ ਚੰਗੇ ਧਾਰਮਿਕ ਆਗੂ ਨੇ ਉਹ ਇੱਕ ਦੂਜੇ ਨਾਲ ਮਿਲ ਬੈਠਣ, ਅਤੇ ਮਨੁੱਖਤਾ ਦੇ ਭਲੇ ਲਈ, ਸ਼ਹਿਰਾਂ ਦੇ, ਪਿੰਡਾਂ ਦੇ, ਲੋਕਾਂ ਦੇ ਭਲੇ ਲਈ ਉਹ ਜੋ ਕਰ ਸਕਦੇ ਨੇ ਉਹ ਜ਼ਰੂਰ ਕਰਨ, ਤਾਂ ਕਿ ਮਨੁੱਖਤਾ ਤਾਰ ਤਾਰ ਨਹੀਂ ਹੋਣੀ ਚਾਹੀਦੀ, ਜਿਹੜਾ ਆਪਸੀ ਭਾਈਚਾਰਕ ਸਾਂਝ ਹੈ, ਪਿਆਰ ਹੈ, ਮੁਹੱਬਤ ਹੈ, ਉਹ ਤਾਰ ਤਾਰ ਨਹੀਂ ਹੋਣੀ ਚਾਹੀਦੀ। ਇਨਸਾਨੀਅਤ ਦੇ ਜਿਹੜੇ ਹੱਕ ਨੇ ਜਾਂ ਤੁਹਾਡੀ ਸਟੇਟ ਦੇ, ਪੰਜਾਬ ਦੇ ਜਿਹੜੇ ਹੱਕ ਨੇ, ਉਹਨਾਂ ਦੀ ਆਵਾਜ਼ ਸਾਂਝੇ ਤੌਰ 'ਤੇ ਜਿਹੜੀ ਹੈ ਉਹ ਬੁਲੰਦ ਹੋਣੀ ਚਾਹੀਦੀ।